ਚਾਹ ਤੇ ਚਰਚਾ ਤੇ ਸੁਣੀ ਸੀ, ਚਾਹ ਦੇ ਨਾਲ ਕੱਪ ਦੀ ਚਰਚਾ ਪਹਿਲੀ ਵਾਰ ਸੁਣਨ ਨੂੰ ਮਿਲ ਰਹੀ ਹੈ। ਹਾਂਜੀ ਹਾਂਜੀ ਸਰ, ਇਹ ਪੂਰੇ ਅੰਮ੍ਰਿਤਸਰ 'ਚ ਨਹੀਂ ਹਿਲਦਾ ਕਿ ਸਟੋਲ ਖੁੱਲ੍ਹਿਆ, ਆਈ ਥਿੰਕ ਮੇਰੇ ਖਿਆਲ ਨਾਲ ਪੰਜਾਬ 'ਚ ਵੀ ਨਹੀਂ ਹੋਏਗਾ। ਅਤੇ ਤੁਸੀਂ ਚਾਹ ਨਾਲ ਵੇਫਰ ਵਾਲੇ ਕੱਪ ਹੈ, ਤੁਸੀਂ ਚਾਹ ਦੇ ਨਾਲ ਨਾਲ ਕੱਪ ਵੀ ਖਾ ਸਕਦੇ ਹੋ ਜੀ। ਕਿਹੜੀ ਕਿਹੜੀ ਚਾਹ ਤੁਹਾਡੇ ਕੋਲ ਸਪੈਸ਼ਲ ਜਿਹੜੀ ਇੱਥੇ ਤਿਆਰ ਕੀਤੀ ਜਾਂਦੀ ਹੈ? ਸਰ ਚਾਹ ਆਪਣੇ ਕੋਲ ਤਿੰਨ ਤਰ੍ਹਾਂ ਦੀ ਹੈ, ਇੱਕ ਕੜਕ ਮਸਾਲਾ ਹੈ, ਠੀਕ ਹੈ ਜੀ, ਇੱਕ ਇਲਾਚੀ ਫਲੇਵਰ ਹੈ ਅਤੇ ਇੱਕ ਚੌਕਲੇਟ ਫਲੇਵਰ ਹੈ। ਕਿਸ ਤਰ੍ਹਾਂ ਰਿਸਪੋਂਸ ਮਿਲ ਰਿਹਾ, ਕਿਸ ਤਰ੍ਹਾਂ ਲੋਕ ਜਿਹੜੇ ਇੱਥੇ ਪਹੁੰਚ ਰਹੇ ਨੇ? ਰਿਸਪੋਂਸ ਸਰ ਬੜਾ ਵਧੀਆ ਮਿਲਦਾ ਵਾ, ਸਾਰੇ ਵੀਡੀਓ ਵੇਖ ਵੇਖ ਕੇ ਆਈ ਜਾ ਰਹੇ ਆ। ਕਿਸ ਤਰ੍ਹਾਂ ਉਹਨਾਂ ਦੇ ਦਿਮਾਗ 'ਚ ਜਿਹੜੀ ਆ ਉਹ ਚੀਜ਼ ਰਹਿੰਦੀ ਹੈ, ਕਿਸ ਤਰ੍ਹਾਂ ਉਹ ਕੀ ਸੋਚਦੇ ਨੇ ਉਸ ਤੋਂ? ਸਰ ਐਕਚੁਲੀ ਲੋਕਾਂ ਨੂੰ ਮਜ਼ਾਕ ਲੱਗਦਾ ਜੀ, ਕਸਟਮਰਾਂ ਨੂੰ ਜਿਸ ਤਰ੍ਹਾਂ ਕਿਸੇ ਨੂੰ ਕਹੀਏ ਨਾ ਕੱਪ ਖਾ ਲਓ ਨਾਲ ਚਾਹ ਦੇ, ਉਹਨਾਂ ਲੱਗਦਾ ਖੜੇ ਮਜ਼ਾਕ ਕਰਦੇ ਆ, ਪਰ ਜਦੋਂ ਸੱਚੀ 'ਚ ਵੇਫਰ ਵਾਲੇ ਕੱਪ ਵੇਖਦੇ ਆ ਤਾਂ ਉਹ ਹੈਰਾਨ ਹੋ ਜਾਂਦੇ, ਅੱਛਾ ਅੱਛਾ ਠੀਕ ਹੈ ਠੀਕ ਹੈ। ਕਾਕਾ ਟੀ ਸਟਾਲ ਕਿਸੇ ਨੇ ਦੱਸਿਆ ਕਿ ਇੱਥੇ ਕੱਪ ਖਾ ਵੀ ਸਕਦੇ ਹੋ, ਮੈਂ ਕਿਹਾ ਫਿਰ ਚਾਹ ਪੀਵਾਂਗੇ ਵੀ ਨਾਲ ਖਾਵਾਂਗੇ ਵੀ। ਅਕਸਰ ਹੀ ਤੁਸੀਂ ਚਾਹ ਤੇ ਚਰਚਾ ਤਾਂ ਜ਼ਰੂਰ ਸੁਣੀ ਹੋਵੇਗੀ, ਲੇਕਿਨ ਚਾਹ ਦੇ ਨਾਲ ਕੱਪ ਖਾਣ ਦੀ ਚਰਚਾ ਪਹਿਲੀ ਵਾਰ ਸੁਣੋਗੇ। ਜੀ ਹਾਂ, ਅਸੀਂ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇੱਕ ਕਾਕਾ ਚਾਹ ਵਾਲਾ ਇੰਨਾ ਕੁ ਮਸ਼ਹੂਰ ਹੋ ਰਿਹਾ ਹੈ ਕਿ ਜਿਸ ਨੂੰ ਲੈ ਕੇ ਲੋਕ ਦੂਰ ਦੁਰਾਡਿਆਂ ਤੋਂ ਪਹੁੰਚ ਕੇ ਉਸ ਚਾਹ ਦਾ ਲੁਤਫ ਉਠਾਉਂਦੇ ਹੋਏ ਨਜ਼ਰ ਆਉਂਦੇ ਨੇ। ਜੇਕਰ ਗੱਲ ਕੀਤੀ ਜਾਵੇ ਕਾਕਾ ਚਾਹ ਵਾਲੇ ਦੀ, ਤਾਂ ਇਸ ਦੀ ਖਾਸੀਅਤ ਇਹ ਹੈ ਕਿ ਚਾਹ ਦੇ ਨਾਲ ਜੋ ਕੱਪ ਉਸ ਵੱਲੋਂ ਦਿੱਤਾ ਜਾਂਦਾ ਹੈ ਉਹ ਕੱਪ ਜਿਹੜਾ ਹੈ ਉਹ ਵੀ ਖਾਧਾ ਜਾ ਸਕਦਾ ਹੈ। ਕੀ ਹੈ ਸਾਰਾ ਕੰਸੈਪਟ ਇਸ ਬਾਰੇ, ਅਸੀਂ ਕਾਕੇ ਦੇ ਨਾਲ ਵੀ ਗੱਲਬਾਤ ਕਰਾਂਗੇ ਅਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਦੇ ਦਿਮਾਗ 'ਚ ਇਹ ਜਿਹੜੀ ਹੈ ਪਲੈਨ ਜਿਹੜਾ ਆ ਜ਼ਰੂਰ ਆਉਂਦਾ ਹੋਇਆ ਨਜ਼ਰ ਆਇਆ। ਪਹਿਲਾਂ ਤੁਹਾਨੂੰ ਇੱਕ ਵਾਰ ਛੋਟਾ ਜਿਹਾ ਕਾਸ਼ ਜਿਹੜੀ ਉਹਨਾਂ ਵੱਲੋਂ ਲਗਾਈ ਗਈ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਛੋਟਾ ਜਿਹਾ ਇਹ ਕੰਸੈਪਟ ਜਿਹੜਾ ਸ਼ੁਰੂ ਕੀਤਾ ਗਿਆ ਤਾਂ ਜੋ ਕਿ ਇੱਕ ਅਲੱਗ ਜਿਹੜੀ ਚੀਜ਼ ਹੈ ਉਹ ਲੋਕਾਂ ਨੂੰ ਪਿਆਈ ਜਾ ਸਕੇ। ਹਾਲਾਂਕਿ ਚੋਣਾਵਾਂ ਦਾ ਮਾਹੌਲ ਚੱਲ ਰਿਹਾ ਹੈ ਅਤੇ ਚਾਹ ਤੇ ਚਰਚਾ ਤਾਂ ਜ਼ਰੂਰ ਸੁਣੀ ਹੋਵੇਗੀ, ਲੇਕਿਨ ਚਾਹ ਦੇ ਨਾਲ ਕੱਪ ਖਾਣ ਦੀ ਚਰਚਾ ਜਿਹੜੀ ਹੈ ਉਹ ਪਹਿਲੀ ਵਾਰ ਸੁਣਨ ਨੂੰ ਮਿਲ ਰਹੀ ਹੈ। ਗੱਲਬਾਤ ਕਰ ਲੈਂਦੇ ਹਾਂ ਵੀਰ ਦੇ ਨਾਲ ਅਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਇਹ ਦਿਮਾਗ 'ਚ ਉਹਨਾਂ ਦੇ ਕੰਸੈਪਟ ਆਇਆ। ਵੀਰ ਜੀ ਕੀ ਨਾਮ ਹੈ ਤੁਹਾਡਾ ਔਰ ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਜਿਹੜੀ ਇਹ ਕੰਸੈਪਟ ਆਇਆ ਤੁਹਾਡੇ? ਇਸ ਮੇਰਾ ਨਾਮ ਮੋਹਿਤ ਹੈ ਜੀ, ਉਸ ਤਰ੍ਹਾਂ ਪਿਆਰ ਨਾਲ ਮੈਨੂੰ ਕਾਕਾ ਕਹਿੰਦੇ ਆ, ਅਤੇ ਇਹ ਕੰਸੈਪਟ ਮੇਰੇ ਨਹੀਂ ਮੇਰੇ ਵੱਡੇ ਬ੍ਰਦਰ ਦੇ ਦਿਮਾਗ 'ਚ ਆਇਆ ਸੀਗਾ, ਅਤੇ ਉਹਨਾਂ ਨੇ ਅਹਿਮਦਾਬਾਦ ਦੇਖਿਆ ਸੀ ਇਹ ਕੰਸੈਪਟ, ਉਹਨਾਂ ਨੇ ਸੋਚਿਆ ਕਿ ਆਪਣਾ ਸਟਾਲ ਜਿਹੜਾ ਵਾ ਇੱਥੇ ਵੀ ਹੋਣਾ ਚਾਹੀਦਾ ਵਾ, ਵੇਫਰ ਵਾਲੇ ਕੱਪ ਇੱਥੇ ਵੀ ਹੋਣੇ ਚਾਹੀਦੇ ਆ ਕਿ ਇੱਥੇ ਹਰ ਇੱਕ ਚੀਜ਼ ਲੇਟ ਕੇ ਪਹੁੰਚਦੀ ਹੈ, ਇਸ ਕਰਕੇ ਆਪਾਂ ਇਹ ਸੈਟਅਪ ਸਟਾਰਟ ਕੀਤਾ। ਚਾਹ ਤੇ ਚਰਚਾ ਤੇ ਸੁਣੀ ਸੀ, ਚਾਹ ਦੇ ਨਾਲ ਕੱਪ ਦੀ ਚਰਚਾ ਪਹਿਲੀ ਵਾਰ ਸੁਣਨ ਨੂੰ ਮਿਲ ਰਹੀ ਹੈ। ਹਾਂਜੀ ਹਾਂਜੀ ਸਰ, ਇਹ ਪੂਰੇ ਅੰਮ੍ਰਿਤਸਰ 'ਚ ਨਹੀਂ ਹਿਲਦਾ ਕਿ ਸਟੋਲ ਖੁੱਲ੍ਹਿਆ, ਆਈ ਥਿੰਕ ਮੇਰੇ ਖਿਆਲ ਨਾਲ ਪੰਜਾਬ 'ਚ ਨਹੀਂ ਹੋਏਗਾ। ਅਤੇ ਤੁਸੀਂ ਚਾਹ ਨਾਲ ਵੇਫਰ ਵਾਲੇ ਕੱਪ ਹੈ, ਤੁਸੀਂ ਚਾਹ ਦੇ ਨਾਲ ਨਾਲ ਕੱਪ ਵੀ ਖਾ ਸਕਦੇ ਜੀ। ਕਿਹੜੀ ਕਿਹੜੀ ਚਾਹ ਤੁਹਾਡੇ ਕੋਲ ਸਪੈਸ਼ਲ ਜਿਹੜੀ ਇੱਥੇ ਤਿਆਰ ਕੀਤੀ ਜਾਂਦੀ ਹੈ? ਸਰ ਚਾਹ ਆਪਣੇ ਕੋਲ ਤਿੰਨ ਤਰ੍ਹਾਂ ਦੀ ਹੈ, ਇੱਕ ਕੜਕ ਮਸਾਲਾ ਹੈ, ਠੀਕ ਹੈ ਜੀ, ਇੱਕ ਇਲਾਚੀ ਫਲੇਵਰ ਹੈ ਅਤੇ ਇੱਕ ਚੌਕਲੇਟ ਫਲੇਵਰ ਹੈ। ਤਿੰਨਾਂ 'ਚ ਡਿਫਰੈਂਸ ਕੀ ਹੈ ਜੀ? ਸਰ ਕੜਕ ਮਸਾਲਾ ਦਾ ਪੀਸਿਆ ਜਾਂਦਾ ਸਪੈਸ਼ਲ ਓਲ ਹੈ, ਅਤੇ ਇਲਾਚੀ ਫਲੇਵਰ ਸਾਡੇ ਕੱਪ ਦੇ ਵਿੱਚ ਫਲੇਵਰ ਆਉਂਦਾ ਵਾ, ਅਤੇ ਚੌਕਲੇਟ ਫਲੇਵਰ ਵੀ ਜਿਹੜਾ ਵਾ ਸਾਡੇ ਕੱਪ ਦੇ ਵਿੱਚ ਹੀ ਫਲੇਵਰ ਆਉਂਦਾ ਵਾ। ਅਕਸਰ ਹੀ ਪੰਜਾਬ ਜਾਂ ਯੂਨੀਕ ਚੀਜ਼ਾਂ ਲਈ ਜਾਣਿਆ ਜਾਂਦਾ, ਤੁਸੀਂ ਵੀ ਅਲੱਗ ਹੀ ਯੂਨੀਕ ਚੀਜ਼ ਜਿਹੜੀ ਬਣਾ ਰਹੇ ਹੋ, ਕਿਸ ਤਰ੍ਹਾਂ ਰਿਸਪੋਂਸ ਮਿਲ ਰਿਹਾ, ਕਿਸ ਤਰ੍ਹਾਂ ਲੋਕ ਜਿਹੜੇ ਇੱਥੇ ਪਹੁੰਚ ਰਹੇ ਨੇ? ਰਿਸਪੋਂਸ ਸਰ ਬੜਾ ਵਧੀਆ ਮਿਲਦਾ ਵਾ, ਸਾਰੇ ਵੀਡੀਓ ਵੇਖ ਵੇਖ ਕੇ ਆਈ ਜਾ ਰਹੇ ਆ।
ਕਿਉਂਕਿ ਇਹ ਯੂਨੀਕ ਚੀਜ਼ ਹੈਗੀ, ਅਲੱਗ ਚੀਜ਼ ਹੈ, ਇਸ ਕਰਕੇ ਅਟਰੈਕਟ ਹੁੰਦੇ ਪਏ ਸਾਰੇ ਕਸਟਮਰ ਆਪਣੇ ਆਪ। ਅਤੇ ਜਦੋਂ ਲੋਕ ਕੱਪ ਦੇ ਨਾਲ ਚਾਹ ਦਾ ਕੱਪ ਖਾਂਦੇ ਨੇ ਤਾਂ ਉਦੋਂ ਕੀ ਉਹਨਾਂ ਦਾ ਦਿਮਾਗ 'ਚ ਹੁੰਦਾ, ਕਿਸ ਤਰ੍ਹਾਂ ਉਹਨਾਂ ਦੇ ਦਿਮਾਗ 'ਚ ਜਿਹੜੀ ਆ ਉਹ ਚੀਜ਼ ਰਹਿੰਦੀ ਹੈ, ਕਿਸ ਤਰ੍ਹਾਂ ਉਹ ਕੀ ਸੋਚਦੇ ਨੇ ਉਸ ਸਮੇਂ? ਸਰ ਐਕਚੁਲੀ ਲੋਕਾਂ ਨੂੰ ਮਜ਼ਾਕ ਲੱਗਦਾ ਜੀ, ਕਸਟਮਰਾਂ ਨੂੰ ਜਿਸ ਤਰ੍ਹਾਂ ਕਿਸੇ ਨੂੰ ਕਹੀਏ ਨਾ ਕੱਪ ਖਾ ਲਓ ਨਾਲ ਚਾਹ ਦੇ, ਉਹਨਾਂ ਲੱਗਦਾ ਖਰੇ ਮਜ਼ਾਕ ਕਰਦੇ ਆ, ਪਰ ਜਦੋਂ ਸੱਚੀ 'ਚ ਵੇਫਰ ਵਾਲੇ ਕੱਪ ਵੇਖਦੇ ਆ ਤਾਂ ਉਹ ਹੈਰਾਨ ਹੋ ਜਾਂਦੇ, ਅੱਛਾ ਅੱਛਾ ਠੀਕ ਹੈ ਠੀਕ ਹੈ। ਤੁਸੀਂ ਬਣਾਓਗੇ ਚਾਹ, ਸਾਨੂੰ ਦਿਖਾਓਗੇ ਕਿਸ ਤਰ੍ਹਾਂ ਚਾਹ ਬਣਾਉਂਦੇ ਹੋ? ਕੜਕ ਚਾਹ ਬਣਾ ਦਿਓ ਜਾਂ ਕੁਛ ਇਸ ਤਰ੍ਹਾਂ ਦੀ ਕੋਈ ਜਿਹੜੀ ਕੱਪ 'ਚ ਪੈ ਸਕੇ, ਜਿਹੜੀ ਚਾਹ ਕੱਪ 'ਚ। ਜੀ ਸਰ ਠੀਕ ਹੈ ਜੀ, ਮੈਂ ਬਣਾਉਣਾ। ਸੋ ਤੁਸੀਂ ਦੇਖ ਸਕਦੇ ਹੋ ਕਿ ਚਾਹ ਜਿਹੜੀ ਹੈ ਉਹਦੀ ਜਿਹੜੀ ਸ਼ੁਰੂਆਤ ਜਿਹੜੀ ਹੈ ਉਹ ਬਣਾਉਣ ਦੀ ਕਰ ਦਿੱਤੀ ਗਈ ਹੈ, ਕਿਉਂਕਿ ਇੱਕ ਅਲੱਗ ਹੀ ਕਨਸੈਪਟ ਹੈ ਜਿਸ ਨੂੰ ਲੈ ਕੇ ਕਾਫੀ ਲੋਕਾਂ ਦੇ ਵਿੱਚ ਜਿਹੜੀ ਹੈ ਉਹ ਚਰਚਾ ਜਿਹੜੀ ਹੈ ਉਹ ਜ਼ਰੂਰ ਛਿੜੀ ਦੀ ਹੋਈ ਨਜ਼ਰ ਆ ਰਹੀ ਹੈ, ਅਤੇ ਕਾਫੀ ਲੋਕ ਜਿਹੜੇ ਨੇ ਕਾਕੇ ਕੋਲ ਪਹੁੰਚਦੇ ਨੇ ਅਤੇ ਇੱਥੇ ਪਹੁੰਚ ਕੇ ਚਾਹ ਦਾ ਲੁਕ ਜਿਹੜਾ ਹੈ ਉਹ ਚੁੱਕਦੇ ਨੇ, ਕਿਉਂਕਿ ਅਕਸਰ ਹੀ ਚਾਹ ਦੇ ਉੱਤੇ ਚਰਚਾ ਅਸੀਂ ਅਕਸਰ ਹੀ ਸੁਣਦੇ ਹਾਂ, ਲੇਕਿਨ ਚਾਹ ਦੇ ਨਾਲ ਕੱਪ ਖਾਣ ਦੀ ਚਰਚਾ ਪਹਿਲੀ ਵਾਰ ਕਾਕੇ ਵੱਲੋਂ ਹੀ ਇੱਥੇ ਛੇੜੀ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਬੜੀ ਹਾਈਜੀਨਿਕ ਤਰੀਕੇ ਦੇ ਨਾਲ ਜਿਹੜਾ ਹੈ ਹੱਥਾਂ ਵਿੱਚ ਗਲਵਸ ਪਾਏ ਜਾਂਦੇ ਨੇ, ਸਿਰ ਨੂੰ ਜਿਹੜਾ ਹੈ ਉਹ ਕਵਰ ਕੀਤਾ ਜਾਂਦਾ ਹੈ ਤਾਂ ਜੋ ਕਿ ਕੋਈ ਵੀ ਜਿਹੜੀ ਹੈ ਉਹ ਜਿਹੜੀ ਬੈਡ ਚੀਜ਼ਾਂ ਨੇ ਜਾਂ ਕੋਈ ਵਾਲ ਜਾਂ ਕੁਛ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਨੇ ਉਹ ਵਿੱਚ ਚਾਹ ਦੇ ਨਾ ਪੈ ਸਕਣ। ਲੇਕਿਨ ਕਿਤੇ ਨਾ ਕਿਤੇ ਲੋਕ ਵੀ ਕਾਫੀ ਪਹੁੰਚ ਰਹੇ ਨੇ, ਕਿਉਂਕਿ ਯੂਨੀਵਰਸਿਟੀ ਦੇ ਨਜ਼ਦੀਕ ਦਾ ਮਾਰਕੀਟ ਦੀਆਂ ਤਸਵੀਰਾਂ ਨੇ ਅਤੇ ਲੋਕ ਵੀ ਕਾਫੀ ਪਹੁੰਚਦੇ ਨੇ ਇੱਥੇ ਚਾਹ ਪੀਣ ਵਾਸਤੇ। ਤਾਂ ਤੁਸੀਂ ਦੇਖ ਸਕਦੇ ਹੋ ਚਾਹ ਦੀ ਮੇਕਿੰਗ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ, ਕੁਛ ਲੋਕ ਵੀ ਇੱਥੇ ਪਹੁੰਚੇ ਨੇ, ਉਹਨਾਂ ਨਾਲ ਵੀ ਗੱਲਬਾਤ ਵੀ ਕਰਾਂਗੇ ਅਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ। ਭਾਜੀ ਕੀ ਕਹਿਣਾ ਚਾਹੁੰਦੇ ਹੋ, ਚਾਹ ਸਪੈਸ਼ਲ ਸੁਣੀ ਸੀਗੀ ਜੀ ਇਹਨਾਂ ਦੀ? ਅਸੀਂ ਵੀ ਤਾਂ ਹੀ ਫਸਟ ਟਾਈਮ ਆਏ ਹਾਂ, ਸੁਣਿਆ ਹੀ ਇਹ ਕੱਪ ਇਹੋ ਜਿਹੇ ਹੈਗੇ ਐਡੀਬਲ ਕਿ ਚਾਹ ਪੀ ਕੇ ਨਾਲ ਆਪਾਂ ਕੱਪ ਵੀ ਖਾ ਸਕਦੇ ਹਾਂ, ਅਤੇ ਮੈਂ ਕਿਹਾ ਚਲੋ ਜਾ ਕੇ ਟਰਾਈ ਕਰੀਏ, ਸਪੈਸ਼ਲੀ ਆਪਾਂ ਯੂਟੀ ਮਾਰਕੀਟ ਲੱਭਦੇ ਇਹਨਾਂ ਤੋਂ ਪੁੱਛਦੇ ਆਏ ਹਾਂ। ਕਾਕਾ ਸਪੈਸ਼ਲ ਐਡਰੈਸ ਲੱਭ ਲੱਭ ਕੇ ਆਏ ਹਾਂ, ਕਾਕਾ ਟੀ ਸਟਾਲ ਕਿਸੇ ਨੇ ਦੱਸਿਆ ਕਿ ਇੱਥੇ ਕੱਪ ਖਾ ਵੀ ਸਕਦੇ ਹੋ, ਮੈਂ ਕਿਹਾ ਫਿਰ ਚਾਹ ਪੀਆਂਗੇ ਵੀ ਨਾਲ ਖਾਵਾਂਗੇ ਵੀ। ਅਕਸਰ ਹੀ ਚੋਣਾਂ ਦੇ ਵਿੱਚ ਚਾਹ ਤੇ ਚਰਚਾ ਸੁਣੀ ਜਾਂਦੀ ਹੈ ਕਿ ਚਾਹ ਤੇ ਚਰਚਾ ਹੈ, ਚਾਹ ਦੇ ਨਾਲ ਕੱਪ ਦੀ ਚਰਚਾ ਪਹਿਲੀ ਵਾਰ ਸੁਣਨੋ। ਹਾਂ ਤੇ ਹੈ, ਤਾਂ ਹੀ ਇੰਨੀ ਦੂਰੋਂ ਦੂਰੋਂ ਲੋਕ ਆ ਰਹੇ ਆ। ਬਾਕੀ ਦੋਵੇਂ ਭਰਾ ਦੀ ਵੀਡੀਓ ਵੇਖੀ ਸੀ, ਦੋ ਭਰਾ ਹੈਗੇ ਤੇ ਮੈਂ ਕਿਹਾ ਚਲੋ ਜਾ ਕੇ ਫਿਰ ਟੇਸਟ ਕੀਤਾ ਜਾਵੇ, ਚਾਹ ਤੇ ਚਲੋ ਸਾਰੇ ਪਿਲਾਉਂਦੇ ਨੇ, ਇਹ ਚਾਹ ਨਾਲ ਕੱਪ ਵੀ ਪਿਲਾ ਰਹੇ ਆ। ਸੋ ਤੁਸੀਂ ਵੇਖ ਸਕਦੇ ਹੋ ਕਿ ਚਾਹ ਦੀ ਮੇਕਿੰਗ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ, ਪਾਣੀ ਅਤੇ ਜੋ ਫਿਲਟਰ ਵਾਟਰ ਹੈ ਉਹ ਯੂਜ਼ ਕੀਤਾ ਜਾਂਦਾ ਹੈ, ਨਾਲ ਜਿਹੜੀਆਂ ਇਲਾਚੀਆਂ ਨੇ ਜਾਂ ਸੌਂਫ ਹੈ ਉਸਨੂੰ ਜਿਹੜਾ ਹੈ ਹੁਣ ਕੁੱਟਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਤਾਂ ਜੋ ਕਿ ਸਵਾਦ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਆ ਸਕੇ। ਹਾਲਾਂਕਿ ਇਹ ਕਨਸੈਪਟ ਜਿਹੜਾ ਹੈ ਬੜਾ ਯੂਨੀਕ ਕਨਸੈਪਟ ਜਿਹੜਾ ਹੈ ਨਜ਼ਰ ਆ ਰਿਹਾ ਹੈ, ਤਾਂ ਕਿ ਲੋਕ ਕਾਫੀ ਇੱਥੇ ਪਹੁੰਚ ਕੇ ਜਿਹੜਾ ਹੈ ਇਸਦਾ ਲੁਤਫ ਜਿਹੜਾ ਹੈ ਉਠਾਉਣ ਚੁੱਕਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਇਸ ਦੇ ਨਾਲ ਨਾਲ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਇਹਨਾਂ ਵੱਲੋਂ ਮੋਹਿਤ ਵੱਲੋਂ ਜੋ ਕਾਕਾ ਜਿਸਦਾ ਨਾਂ ਆ ਉਸ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਨੇ, ਲੇਕਿਨ ਕਿਤੇ ਨਾ ਕਿਤੇ ਇਹ ਕਨਸੈਪਟ ਜਿਹੜਾ ਹੈ ਉਹ ਪਹਿਲੀ ਵਾਰ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਿਹਾ। ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਬਹੁਤ ਸਾਰੇ ਚਾਹ ਵਾਲਿਆਂ ਦਾ ਨਾਮ ਸੁਣਿਆ ਹੋ ਗਿਆ, MBA ਚਾਹ ਵਾਲਾ ਅਗਰ ਸੁਣਿਆ ਹੋਵੇਗਾ ਜਾਂ ਰਾਈਡਰ ਚਾਹ ਵਾਲੇ ਦਾ ਨਾਮ ਅਕਸਰ ਤੁਸੀਂ ਸੁਣਿਆ ਹੋਵੇਗਾ, ਲੇਕਿਨ ਜਿਹੜਾ ਹੁਣ ਇਹ ਕਾਕਾ ਚਾਹ ਵਾਲਾ ਇਹਦਾ ਕਾਫੀ ਨਾਮ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਹੈ। ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਮਸਾਲੇ ਵੀ ਪਾਏ ਜਾ ਰਹੇ ਨੇ ਅਤੇ ਮਸਾਲਿਆਂ ਦੇ ਨਾਲ ਨਾਲ ਚਾਹ ਨੂੰ ਪੂਰੀ ਤਰ੍ਹਾਂ ਨਾਲ ਕਾੜਿਆ ਜਾ ਰਿਹਾ ਹੈ। ਅਤੇ ਕਾਕੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਹੜੀ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਇਸ ਵਿੱਚ ਪਾਈਆਂ ਜਾ ਰਹੀਆਂ। ਕਾਕਾ ਜੀ ਇਹ 'ਚ ਪਾਇਆ ਕੀ ਜਾ ਰਿਹਾ ਤੁਹਾਡੇ ਵੱਲੋਂ, ਚਾਹ ਦਾ ਰੰਗ ਜਿਹੜੀ ਹੈ ਜਿਸ ਨਾਲ ਆ ਸਕਦੇ? ਸਰ ਸਭ ਤੋਂ ਪਹਿਲੇ ਤਾਂ ਆਪਾਂ ਸੌਂਫ ਪਾਈ ਜੇ ਅਤੇ ਆਪਣਾ ਪਾਣੀ ਨੋਰਮਲ ਅਤੇ ਖਾਸ ਮਸਾਲਾ ਆਪਣਾ ਥੋੜ੍ਹਾ ਜਿਹਾ ਬਿਲਕੁਲ ਅਤੇ ਇਲਾਚੀਆਂ ਪਾਈਆਂ ਵਾ ਅਤੇ ਪਟਾਕਾ ਪੱਤੀ ਪਾਈ ਹੈ ਸਰ।
ਪਟਾਕਾ ਪੱਤੀ ਹੈ, ਕੋਈ ਖਾਸ ਪੱਤੀ ਹੈਗੀ ਆ ਜੀ? ਹਾਂਜੀ ਹਾਂਜੀ, ਇਹ ਖਾਸ ਪੱਤੀ ਹੈ ਸਰ, ਸਭ ਤੋਂ ਬੈਸਟ ਪੱਤੀ ਹੈਗੀ ਹੈ ਪਟਾਕਾ ਪੱਤੀ। ਅਤੇ ਇਹ ਜਦੋਂ ਚਾਹ ਲੋਕ ਪੀਂਦੇ ਨੇ, ਇਹਦਾ ਅਲੱਗ ਟੇਸਟ ਹੈ ਕੁਛ ਕਿ ਆਮ ਚਾਹ ਵਰਗਾ ਟੇਸਟ ਨਜ਼ਰ ਆਉਂਦਾ? ਬੜੀ ਸਟਰੋਂਗ ਹੈਗੀ ਹੈ ਪੱਤੀ ਜਿਹੜੀ ਹੈ ਨਾ, ਤੁਸੀਂ ਇੰਨੀ ਕੁ ਪਾਓਗੇ ਤਾਂ ਇਹਨੇ ਪੂਰਾ ਰੰਗ ਕਰ ਦੇਣਾ ਉਸੇ ਵੇਲੇ। ਇਹ ਬੜੀ ਸਟਰੋਂਗ ਪੱਤੀ ਹੈਗੀ, ਜਿਹੜਾ ਪੀਏਗਾ ਅੱਖਾਂ ਖੁੱਲ ਜਾਣਗੀਆਂ ਇਹਦੀਆਂ। ਅਤੇ ਕਾਕੇ ਜੀ, ਇਹ ਕਿੰਨੇ ਕਿੰਨੇ ਕੀ ਕੋਸਟ ਕੀ ਕਰਦਾ ਹੈ ਚਾਹ ਦਾ ਕੱਪ? ਕਿਉਂਕਿ ਅਕਸਰ ਹੀ ਲੋਕਾਂ ਦੇ ਦਿਮਾਗ 'ਚ ਕੋਸਟਿੰਗ ਬੜੀ ਦਿਮਾਗ 'ਚ ਆਉਂਦੀ ਕਿ ਅਸੀਂ ਚੱਲੇ ਹਾਂ ਚਾਹ ਪੀਣ ਵਾਸਤੇ, ਅਤੇ ਕੋਸਟਿੰਗ ਬੜੀ ਦਿਮਾਗ 'ਚ ਹੁੰਦੀ ਹੈ। ਸਰ 30 ਰੁਪਏ ਦਾ ਹੈਗਾ ਜੀ ਆਪਣਾ ਕੱਪ, ਜਿਹੜਾ ਮਰਜ਼ੀ ਫਲੇਵਰ ਪੀ ਲਓ ਉਹਨਾਂ 'ਚੋਂ, ਇਲਾਚੀ, ਚੋਕਲੇਟ, ਕੜਕ ਮਸਾਲਾ, ਹਾਂਜੀ 30 ਰੁਪਏ ਦੀ ਕੋਸਟ। ਅਤੇ ਲੋਕ ਕਹਿੰਦੇ ਤਾਂ ਨਹੀਂ ਕਿ ਵਰਥ ਆ, ਕਿਉਂਕਿ ਅਕਸਰ ਹੀ ਕੰਪੀਟੀਸ਼ਨ ਬੜਾ ਇਸ ਵਿੱਚ ਵੀ ਤੁਹਾਡੇ ਲਾਗੇ ਛਾਗੇ ਵਾਧੂ ਲੋਕ ਹੋਣਗੇ? ਹਾਂਜੀ ਹਾਂਜੀ, ਇਹ ਤਾਂ ਹੈਗਾ ਸਰ, ਇਹ ਤਾਂ ਹੈਗਾ, ਪਰ ਆਪਾਂ ਜਿੰਨਾ ਯੂਨੀਕ ਕਰ ਸਕੀਏ, ਜਿਸ ਤਰ੍ਹਾਂ ਗਲਵਸ ਵਗੈਰਾ ਪਾ ਕੇ, ਕੈਪ ਕੂ ਪਾ ਕੇ ਆਪਾਂ ਸਰ ਬਣਾਈਦਾ ਸਫਾਈ ਨਾਲ, ਜਿੰਨਾ ਅਟਰੈਕਟ ਕਰ ਸਕੀਏ ਕਸਟਮਰ ਉਹਨਾਂ ਥੋੜ੍ਹਾ ਧੰਨਵਾਦ। ਕੰਪੀਟੀਸ਼ਨ ਤਾਂ ਹਰ ਜਗ੍ਹਾ ਮਿਲੇਗਾ ਆਪਾਂ ਨੂੰ, ਇਹ ਨਹੀਂ ਕਿ ਜਿੱਥੇ ਜਾਈਏ ਆਪਣੀ ਇਕੱਲੀ ਇੱਕੋ ਸਟੋਲ ਹੈਗਾ, ਇਸ ਤਰ੍ਹਾਂ ਨਹੀਂ ਹੈ। ਕੰਪੀਟੀਸ਼ਨ ਤਾਂ ਕੁਛ ਅਲੱਗ ਕਰਾਂਗੇ ਤਾਂ ਆਪੇ ਕਸਟਮਰ ਆਪਣੇ ਵੱਲ ਅਟਰੈਕਟ ਹੁੰਦਾ ਸਰ। ਦੇਖੋ, ਅਟਰੈਕਟ ਜਿਹੜਾ ਜ਼ਰੂਰ ਕਸਟਮਰ ਹੁੰਦਾ, ਲੇਕਿਨ ਚਾਹ ਦੀ ਮੇਕਿੰਗ ਜਿਹੜੀ ਆ ਉਹ ਲਗਾਤਾਰ ਜਾ ਰਹੀ ਆ, ਔਰ ਰੰਗਤ ਜਿਹੜੀ ਹੈ ਚਾਹ ਦੀ ਜ਼ਰੂਰ ਨਿਖਰ ਕੇ ਸਾਹਮਣੇ ਆ ਰਹੀ ਹੈ, ਕਿਉਂਕਿ ਲੋਕ ਜਿਹੜੇ ਨੇ ਅਲੱਗ ਕੰਸੈਪਟ ਦੇ ਵਿੱਚ ਨਜ਼ਰ ਆਉਂਦੇ ਨੇ। ਅਤੇ ਇਹ 3 ਤਰੀਕੇ ਦੀਆਂ ਜਿਹੜੀਆਂ ਚਾਹਾਂ ਜਿਹੜੀਆਂ ਨੇ ਕਾਕੇ ਵੱਲੋਂ ਜਿਹੜੀਆਂ ਨੇ ਉਹ ਪਾਈ ਜਾਂਦੀ ਹੈ, ਅਤੇ ਨਾਲ ਹੀ ਕਾਕਾ ਚਾਹ ਵਾਲਾ ਅਕਸਰ ਹੀ ਹੁਣ ਕਾਫੀ ਟ੍ਰੈਂਡਿੰਗ ਦੇ ਵਿੱਚ ਵੀ ਚੱਲ ਰਿਹਾ ਹੈ, ਕਿਉਂਕਿ ਇਹਨਾਂ ਵੱਲੋਂ ਇੱਕ ਕੰਸੈਪਟ ਅਲੱਗ ਸ਼ੁਰੂ ਕੀਤਾ ਗਿਆ। ਬੇਸ਼ੱਕ 30 ਰੁਪਏ ਦਾ ਕੱਪ ਜਿਹੜਾ ਹੈ ਉਹ ਲਗਾਇਆ ਜਾਂਦਾ ਹੈ, ਜਿਹੜਾ ਖਾਣ ਵਾਲਾ ਕੱਪ ਜਿਹੜਾ ਹੈ ਚਾਹ ਦੇ ਨਾਲ ਕੱਪ ਜਿਹੜਾ ਹੁੰਦਾ ਹੈ ਉਹ ਜ਼ਰੂਰ ਇੱਕ ਅਟਰੈਕਟਿਵ ਜਿਹੜਾ ਹੈ ਉਹ ਨਜ਼ਰ ਆ ਰਿਹਾ, ਅਤੇ ਲੋਕ ਵੀਡੀਓ ਵੇਖਣ ਤੋਂ ਬਾਅਦ ਜ਼ਰੂਰ ਇੱਥੇ ਪਹੁੰਚਦੇ ਨੇ। ਅਤੇ ਤੁਹਾਨੂੰ ਅਗਰ ਐਡਰੈਸ ਦੱਸਿਆ ਜਾਵੇ ਤਾਂ ਇਹ ਯੂਨੀਵਰਸਿਟੀ ਦੇ ਲਾਗੇ ਜਿਹੜੀ ਮਾਰਕੀਟ ਹੈ, UT ਮਾਰਕੀਟ ਜਿਸ ਨੂੰ ਕਿਹਾ ਜਾਂਦਾ ਹੈ, ਉਸ ਵਿੱਚ ਇਸ ਨੌਜਵਾਨ ਵੱਲੋਂ ਜਿਹੜੀ ਹੈ ਉਹ ਕਾਰਟ ਲਗਾ ਕੇ ਇੱਕ ਆਪਣਾ ਛੋਟਾ ਜਿਹਾ ਕੰਸੈਪਟ ਸ਼ੁਰੂ ਕੀਤਾ ਗਿਆ, ਤਾਂ ਜੋ ਕਿ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਹੈ ਉਹ ਵੀ ਇਸ ਤੋਂ ਕੀਤਾ ਜਾ ਸਕੇ। ਇਹ ਨਹੀਂ ਹੈ ਕਿ ਕਿਸੇ ਵਿਅਕਤੀ ਨੂੰ ਵਰਥ ਨਾ ਚੀਜ਼ ਨਜ਼ਰ ਆਉਂਦੀ ਹੋਵੇ, ਲੇਕਿਨ ਜਿਸ ਤਰ੍ਹਾਂ ਦੀ ਵੀ ਚਾਹ ਉਸ ਵੱਲੋਂ ਤਿਆਰ ਕੀਤੀ ਜਾ ਰਹੀ ਹੈ, ਬਹੁਤ ਵਧੀਆ ਢੰਗ ਦੇ ਨਾਲ ਅਤੇ ਸਾਫ਼ ਸੁਥਰੇ ਢੰਗ ਦੇ ਨਾਲ ਜਿਹੜੀ ਹੈ ਉਹ ਚਾਹ ਤਿਆਰ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਅਤੇ ਕਾਫ਼ੀ ਲੋਕ ਜਿਹੜੇ ਨੇ ਇਸ ਨੂੰ ਪਸੰਦ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ, ਕਿਉਂਕਿ ਕਾਕੇ ਦਾ ਕਹਿਣਾ ਹੈ ਕਿ 3 ਤੋਂ 4 ਤਰ੍ਹਾਂ ਦੇ ਫਲੇਵਰਸ ਜਿਹੜੇ ਨੇ ਉਹ ਇਸ ਵੱਲੋਂ ਇੱਥੇ ਤਿਆਰ ਕੀਤੇ ਜਾਂਦੇ ਨੇ ਚਾਹ ਦੇ। ਅਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜ਼ਰੂਰ ਇੱਥੇ ਪਹੁੰਚ ਕੇ ਅਤੇ ਆਪਣੀ ਜਿਹੜੀ ਚਾਹ ਦਾ ਲੁਤਫ ਜਿਹੜਾ ਹੈ ਉਹ ਚੁੱਕਦੇ ਹੋਏ ਨਜ਼ਰ ਆ ਰਹੇ ਨੇ। ਅਸੀਂ ਵੀ ਜ਼ਰੂਰ ਲੋਕਾਂ ਨੂੰ ਕਹਾਂਗੇ ਕਿ ਜ਼ਰੂਰ ਇਸ ਤਰ੍ਹਾਂ ਦੇ ਨੌਜਵਾਨਾਂ ਦਾ ਸਾਥ ਦਿੱਤਾ ਜਾਵੇ, ਤਾਂ ਜੋ ਕਿ ਉਹਨਾਂ ਦਾ ਜਿਹੜਾ ਪਿਆਰ ਹੈ ਅਤੇ ਜਿਹੜਾ ਉਹਨਾਂ ਦਾ ਸਭ ਹੈ, ਤੁਸੀਂ ਦੇਖ ਸਕਦੇ ਹੋ ਕਿ ਕੱਪ ਨੂੰ ਮੇਕ ਕੀਤਾ ਜਾ ਰਿਹਾ, ਕਿਉਂਕਿ ਇਸ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਬਹੁਤ ਜ਼ਰੂਰੀ ਹੈ ਕਿਸੇ ਚੀਜ਼ ਨੂੰ ਵੀ ਲੈ ਕੇ। ਅਕਸਰ ਹੀ ਅਸੀਂ ਜਦੋਂ ਚਾਹ ਦੇਖਦੇ ਸੀ ਤਾਂ ਅਲੱਗ ਹੀ ਤਰੀਕੇ ਦੇ ਨਾਲ ਚਾਹ ਜਿਹੜੀ ਸੀ ਦੂਸਰੇ ਕੱਪਾਂ ਦੇ ਵਿੱਚ ਅਸੀਂ ਦੇਖਦੇ ਸੀ ਕਿ ਉਹ ਮੇਕ ਪਾਈ ਜਾਂਦੀ ਸੀ, ਲੇਕਿਨ ਇਹ ਹੁਣ ਅਲੱਗ ਚਾਹ ਜਿਹੜੀ ਹੈ ਉਹ ਵੀ ਲੋਕਾਂ ਦਾ ਜਿਹੜਾ ਖਿੱਚ ਦਾ ਕੇਂਦਰ ਬਣਦੇ ਹੋਏ ਨਜ਼ਰ ਆ ਰਹੀ ਹੈ। ਅਤੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਇਸ ਨੌਜਵਾਨ ਵੱਲੋਂ ਇੱਕ ਅਲੱਗ ਹੀ ਕੰਸੈਪਟ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਹੈ। ਅਤੇ ਜਾਣਨ ਦੀ ਇਹ ਵੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਸਟੱਡੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਹਰੇਕ ਵਿਅਕਤੀ ਵਾਸਤੇ, ਬਿਜ਼ਨਸ ਵਾਸਤੇ, ਕਿੰਨਾ ਕੁ ਨੌਜਵਾਨ ਵੱਲੋਂ ਪੜ੍ਹਿਆ ਗਿਆ ਹੈ ਅਤੇ ਕਿੰਨੀ ਕਿਹੜੀ ਸਟੱਡੀ ਜਿਹੜੀ ਹੈ ਉਸ ਨੂੰ ਲਿਖਦੀ। ਵਿਜੀ ਤੁਸੀਂ ਪੜ੍ਹੇ ਵੀ ਹੋ ਕਿਸੇ ਜਗ੍ਹਾ 'ਤੇ? ਹਾਂਜੀ ਸਰ, ਮੈਂ +2 ਕੀਤੀ ਹੋਈ ਹੈ। ਹਾਂਜੀ, ਜੇ ਜੋਬ ਨਹੀਂ ਮਿਲੀ ਤਾਂ ਕਰਕੇ ਫਿਰ ਇਸ ਵੱਲ ਤੁਰੇ? ਜੋਬ ਤਾਂ ਸਰ ਮੈਂ ਕੀਤੀ ਸੀ 1.5 ਸਾਲ ਸਭੇ, ਪਰ ਉਹ ਸੈਲਰੀ ਵਗੈਰਾ ਇਸ਼ੂ ਬੜਾ ਸੀ, ਉਹਨਾਂ ਦਾ ਵਧਾਉਂਦੇ ਨਹੀਂ ਸੀ ਸੈਲਰੀ, ਉਹ 7,7500 ਦੇ ਵਿੱਚ ਹੀ ਸੈਲਰੀ ਰੱਖਦੇ, ਇਸ ਕਰਕੇ ਫਿਰ ਆਪਣਾ ਹੀ ਸਟਾਰਟ ਕੀਤਾ। ਗੋਲ ਕੀ ਆ ਹੈਗਾ ਕਿ 4-5 ਇਸ ਤਰ੍ਹਾਂ ਦੀਆਂ ਹੋਰ ਕਾਠਾਂ ਲਗਾਈਆਂ ਜਾਣ ਪੰਜਾਬ ਪੂਰੇ 'ਚ? ਗੋਲ ਤਾਂ ਸਰ ਇਹੀ ਹੈ ਕਿ ਇੱਕ ਵਾਰੀ ਕਾਕਾ ਮਸ਼ਹੂਰ ਕੀਤਾ ਜਾਵੇ ਪੂਰਾ ਚਾਹ ਵਾਲਾ। ਹਾਂਜੀ, ਅਤੇ ਇਹੋ ਜਿਹੇ ਸਿੰਗਰ ਕਾਕਾ ਮਸ਼ਹੂਰ ਹੋਇਆ ਉਦਾਂ ਕਾਕਾ ਚਾਹ ਵਾਲਾ ਵੀ ਮਸ਼ਹੂਰ। ਬਿਲਕੁਲ ਬਿਲਕੁਲ ਸਰ, ਗੋਲ ਤਾਂ ਇਹੀ ਹੈਗਾ ਵਾ
ਕਿ ਕੋਸ਼ਿਸ਼ ਇਹੀ ਹੈ ਕਿ ਚਲੋ ਇੱਕ ਵਧੀਆ ਦੁਕਾਨ ਖੁੱਲ੍ਹੇ, ਫਿਰ ਉਸ ਤੋਂ ਡਬਲ ਜਾਂ ਤਿੰਨ ਹੋ ਸਕੇ, ਜੇ ਦੁਕਾਨ ਨਹੀਂ ਤਾਂ ਫਿਰ ਸਟੋਲ ਵਧਾਏ ਜਾਣ। ਹਾਂਜੀ ਬਿਲਕੁਲ, ਇਸ ਨੌਜਵਾਨ ਵੱਲੋਂ ਪਲੱਸ ਟੂ ਵੀ ਜਿਹੜੀ ਹੈ ਉਹ ਕੀਤੀ ਗਈ ਆ, ਅਤੇ ਹੁਣ ਜੇ ਚਾਰ ਨੂੰ ਜਿਹੜਾ ਹੈ ਉਸ ਵਿੱਚ ਦੁੱਧ ਪਾ ਕੇ ਜਿਹੜਾ ਹੈ ਉਸਨੂੰ ਕੰਪਲੀਟ ਕੀਤਾ ਜਾਏਗਾ, ਅਤੇ ਉਸ ਤੋਂ ਬਾਅਦ ਜਾਂ ਸਰਵ ਜਿਹੜਾ ਹੈ ਉਹ ਕੀਤਾ ਜਾਵੇਗਾ। ਤਾਂ ਇਹ ਲੋਕਾਂ ਦੀ ਕਿਸ ਤਰ੍ਹਾਂ ਦੀ ਰਿਵਿਊ ਹੈ, ਅਤੇ ਖਾਸ ਤੌਰ 'ਤੇ ਅਸੀਂ ਵੀ ਆਮ ਖਾਸ ਲੋਕਾਂ ਨੂੰ ਕਹਾਂਗੇ ਕਿ ਇਸ ਵਾਰ ਜ਼ਰੂਰ ਇਸ ਨੌਜਵਾਨ ਤੱਕ ਪਹੁੰਚਿਆ ਜਾਵੇ, ਅਤੇ ਪਹੁੰਚਣ ਤੋਂ ਬਾਅਦ ਜਿਹੜਾ ਹੈ ਇਸ ਚਾਹ ਦਾ ਜਾਂ ਲੁਤਫ ਜਿਹੜਾ ਹੈ ਉਹ ਚੁੱਕਿਆ ਜਾਵੇ, ਤਾਂ ਜੋ ਕਿ ਇੱਕ ਅਲੱਗ ਹੀ ਜਿਹੜਾ ਕੰਸੈਪਟ ਹੈ ਉਹ ਜਿਹੜਾ ਹੈ ਲੋਕਾਂ ਦੇ ਸਾਹਮਣੇ ਆ ਸਕੇ। ਹਾਲਾਂਕਿ ਚਾਹ ਜਿਹੜੀ ਹੈ ਉਹ ਪੂਰੇ ਤਰੀਕੇ ਦੇ ਨਾਲ ਤਿਆਰ ਹੋ ਚੁੱਕੀ ਹੈ, ਅਤੇ ਹੁਣ ਚਾਹ ਜਿਹੜੀ ਹੈ ਉਹ ਕੱਪਾਂ ਦੇ ਵਿੱਚ ਪਾਈ ਜਾਵੇਗੀ, ਅਤੇ ਉਸ ਤੋਂ ਬਾਅਦ ਜਿਹੜੀ ਹੈ ਉਹਨਾਂ ਲੋਕਾਂ ਤੱਕ ਜਿਹੜੀ ਸਰਵ ਜਿਹੜੀ ਹੈ ਉਹ ਕੀਤੀ ਜਾਵੇਗੀ। ਕਾਫੀ ਲੋਕ ਜਿਹੜੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਾਗੇ ਪਹੁੰਚਦੇ ਨੇ, ਅਤੇ ਪਹੁੰਚਣ ਤੋਂ ਬਾਅਦ ਕਾਫੀ ਲੋਕ ਜਿਹੜੇ ਬੱਚੇ ਨੇ ਸਟੂਡੈਂਟ ਜਿਹੜੇ ਨੇ ਉਹ ਚਾਹ ਦਾ ਆਨੰਦ ਵੀ ਚੁੱਕਦੇ ਹੋਏ ਨਜ਼ਰ ਆਉਂਦੇ ਨੇ। ਲੇਕਿਨ ਇਸ ਨੌਜਵਾਨ ਵੱਲੋਂ ਜਿਹੜਾ ਹੈ ਉਹ ਅਲੱਗ ਹੀ ਸ਼ੁਰੂਆਤ ਜਿਹੜੀ ਹੈ ਕੀਤੀ ਗਈ ਹੈ, ਅਤੇ ਕੀਤਾ ਹੀ ਜਾ ਰਿਹਾ ਕਿ ਚਾਹ ਜਿਹੜੀ ਹੈ ਉਹ ਇੱਕ ਤਿਆਰ ਕੀਤੀ ਜਾਵੇ, ਕਿਉਂਕਿ ਚਾਹ ਦੇ ਨਾਲ ਹੀ ਲੋਕ ਜਿਹੜੇ ਨੇ ਆਪਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਦਿਨ ਚੜ੍ਹਿਆ ਜਿਹੜੀ ਹੈ ਉਹ ਸ਼ੁਰੂ ਕਰਦੇ ਨੇ। ਲੇਕਿਨ ਚੁਣਾਵੀ ਮਾਹੌਲ ਚੱਲ ਰਿਹਾ, ਅਤੇ ਜਿਸ ਤਰ੍ਹਾਂ ਮੈਂ ਸ਼ੁਰੂਆਤ 'ਚ ਕਿਹਾ ਸੀ ਕਿ ਚਾਹ 'ਤੇ ਚਰਚਾ ਤਾਂ ਹਮੇਸ਼ਾ ਸੁਣੀ ਗਈ ਹੋਵੇਗੀ, ਲੇਕਿਨ ਕਿਤੇ ਨਾ ਕਿਤੇ ਚਾਹ ਕੱਪ ਖਾਣ ਦੀ ਚਰਚਾ ਹੁਣ ਕਾਕੇ ਵੱਲੋਂ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ, ਅਤੇ ਇਸਦਾ ਖਾਬ ਹੈ ਇੱਕ ਵਧੀਆ ਢੰਗ ਦੇ ਨਾਲ ਉਸ ਵੱਲੋਂ ਇੱਕ ਦੁਕਾਨ ਖੋਲ੍ਹੀ ਜਾਵੇ, ਅਤੇ ਨਾਲ ਹੀ ਦੁਕਾਨ ਦੇ ਨਾਲ ਨਾਲ ਆਪਣਾ ਕਾਰੋਬਾਰ ਜਿਹੜਾ ਹੈ ਉਹ ਵੱਡਾ ਕੀਤਾ ਜਾਵੇ, ਤਾਂ ਜੋ ਕਿ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਇਸ ਚਾਹ ਦਾ ਆਨੰਦ ਜਿਹੜਾ ਹੈ ਉਹ ਲੈ ਸਕੇ। ਤੁਸੀਂ ਦੇਖ ਸਕਦੇ ਹੋ ਕਿ ਹੁਣ ਚਾਚੇ ਕਾਕੇ ਵੱਲੋਂ ਜਿਹੜਾ ਹੈ ਹੁਣ ਚਾਹ ਜਿਹੜੀ ਹੈ ਉਹ ਕੱਪਾਂ ਦੇ ਵਿੱਚ ਪਾਈ ਜਾਵੇਗੀ, ਅਤੇ ਹੁਣ ਜਿਹੜੇ ਲੋਕ ਜਿਹੜੇ ਕਸਟਮਰ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਚਾਹ ਜਿਹੜੀ ਹੈ ਉਹ ਪਿਆਈ ਜਾਵੇਗੀ, ਅਤੇ ਅਸੀਂ ਵੀ ਇਹ ਚਾਹ ਪੀ ਕੇ ਜ਼ਰੂਰ ਦੱਸਾਂਗੇ ਕਿ ਕਿਸ ਤਰ੍ਹਾਂ ਦਾ ਸਾਨੂੰ ਵੀ ਅਨੁਭਵ ਰਿਹਾ, ਕਿਉਂਕਿ ਕਾਫੀ ਲੋਕ ਇਸ ਚਾਹ ਨੂੰ ਪਸੰਦ ਕਰਦੇ ਹੋਏ ਨਜ਼ਰ ਆਉਂਦੇ ਨੇ। ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਕਾਕਾ ਚਾਹ ਵਾਲਾ ਕਾਫੀ ਮਸ਼ਹੂਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ, ਅਤੇ ਤੁਸੀਂ ਹੁਣ ਦੇਖੋ ਕਿਉਂਕਿ ਚਾਹ ਜਿਹੜੀ ਹੈ ਉਸਨੂੰ ਚੰਗੀ ਤਰ੍ਹਾਂ ਨਾਲ ਪਕਾਇਆ ਜਾ ਰਿਹਾ ਹੈ, ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਕਮੀ ਜਿਹੜੀ ਆ ਚਾਹ ਦੇ ਵਿੱਚ ਨਾ ਰਹਿ ਸਕੇ, ਕਿਉਂਕਿ ਲੋਕਾਂ ਵੱਲੋਂ ਜੋ ਪੈਸੇ ਦਿੱਤੇ ਜਾਂਦੇ ਨੇ ਜੋ ਉਹਦੇ ਵਰਥ ਜਿਹੜੇ ਆ ਉਹ ਜ਼ਰੂਰ ਹੋਣੇ ਚਾਹੀਦੇ ਨੇ। ਲੇਕਿਨ ਲੋਕਾਂ ਦਾ ਵੀ ਇਹ ਕਹਿਣਾ ਕਿ ਅਸੀਂ ਵੀਡੀਓ ਵੇਖ ਕੇ ਜ਼ਰੂਰ ਇੱਥੇ ਪਹੁੰਚ ਰਹੇ ਹਾਂ, ਐਕਸਪੀਰੀਅੰਸ ਵੀ ਵਧੀਆ ਉਹਨਾਂ ਨੂੰ ਲੱਗ ਰਿਹਾ, ਅਤੇ ਉਹਨਾਂ ਵੱਲੋਂ ਜਿਹੜੀ ਚਾਹ ਜਿਹੜੀ ਹੈ ਉਹ ਜ਼ਰੂਰ ਇੱਥੇ ਪੀਤੀ ਜਾਵੇਗੀ, ਅਤੇ ਅਸੀਂ ਵੀ ਕਹਾਂਗੇ ਕਿ ਹਰੇਕ ਵਿਅਕਤੀ ਜਿਹੜਾ ਹੈ ਉਹ ਇੱਥੇ ਪਹੁੰਚਣ, ਅਤੇ ਪਹੁੰਚ ਕੇ ਅਤੇ ਇਸ ਨੌਜਵਾਨ ਦਾ ਉਤਸ਼ਾਹ ਜ਼ਰੂਰ ਵਧਾਉਣ, ਤਾਂ ਜੋ ਕਿ ਜੋ ਉਸ ਵੱਲੋਂ ਇੱਕ ਨਵਾਂ ਕੰਸੈਪਟ ਸ਼ੁਰੂ ਕੀਤਾ ਗਿਆ ਹੈ ਉਸ ਨੂੰ ਚੰਗੀ ਤਰ੍ਹਾਂ ਬੂਟ ਜਿਹੜੀ ਹੈ ਉਹ ਪੈ ਸਕੇ। ਤੁਸੀਂ ਦੇਖ ਸਕਦੇ ਹੋ ਕਿ ਚਾਹ ਜਿਹੜੀ ਸਰਵ ਕਰ ਦਿੱਤੀ ਗਈ ਹੈ, ਹੁਣ ਕਸਟਮਰਸ ਤੱਕ ਜਿਹੜੀ ਆ ਉਹ ਚਾਹ ਦਿੱਤੀ ਜਾ ਰਹੀ ਹੈ, ਤਾਂ ਜੋ ਕਿ ਹੁਣ ਚਾਹ ਦੇ ਨਾਲ ਕੱਪ ਜਿਹੜਾ ਆ ਉਹ ਜ਼ਰੂਰ ਖਾਧਾ ਜਾ ਸਕੇ। ਇਸੇ ਤਰ੍ਹਾਂ ਦੀਆਂ ਹੀ ਹੋਰ ਨਵੀਆਂ ਅਤੇ ਬਿਹਤਰੀਨ ਜਿਹੜੀਆਂ ਵੀਡੀਓਜ਼ ਲੈ ਕੇ ਅਸੀਂ ਤੁਹਾਡੇ ਤੱਕ ਜ਼ਰੂਰ ਪੁੱਜਦਾ ਕਰਦੇ ਰਹਾਂਗੇ। ਤਦ ਤੱਕ ਸਾਡੇ ਪੇਜ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ, ਤਾਂ ਜੋ ਕਿ ਨਵੀਂ ਨਵੀਂ ਅਪਡੇਟਸ ਜਿਹੜੀਆਂ ਤੁਹਾਨੂੰ ਨਜ਼ਰ ਆਉਂਦੀਆਂ ਰਹਿਣ।